ਦੇਖੋ ਬਿਲਕੁਲ ਗਗਨ, ਹੁਣ ਵੀ ਜਿਹੜਾ ਹੰਗਾਮਾ ਚੱਲਦਾ ਨਜ਼ਰ ਆ ਰਿਹਾ ਔਰ ਤਸਵੀਰਾਂ ਤੁਸੀਂ ਵੇਖ ਰਹੇ ਹੋ ਕਿ ਚੰਡੀਗੜ੍ਹ ਨਗਰ ਨਿਗਮ ਦੇ ਸਦਨ ਦੀ ਇਹ ਤਸਵੀਰਾਂ ਨੇ ਜਿੱਥੇ ਆਮ ਆਦਮੀ ਪਾਰਟੀ ਤੇ ਬੀਜੇਪੀ ਆਪਸ ਚ ਜ਼ਰੂਰ ਤਕਰਾਰ, ਸਵੇਰ ਦੇ ਹੀ 11 ਵਜੇ ਜਦ ਦੀ ਇਹ ਮੀਟਿੰਗ ਸ਼ੁਰੂ ਹੋਈ ਹੈ ਗਗਨ, ਜਦ ਦੇ ਹੀ ਇਹ ਲਗਾਤਾਰ ਹੰਗਾਮਾ ਸ਼ੁਰੂ ਹੋਇਆ। ਹਾਲਾਂਕਿ ਅੱਜ ਹਾਊਸ ਦੀ ਮੀਟਿੰਗ ਸੀ ਔਰ ਉਸ ਤੋਂ ਬਾਅਦ ਐਫਐਨਸੀਸੀ ਦੀ ਜਿਹੜੀ ਮੀਟਿੰਗ ਹੈ ਉਹ ਵੀ ਇੱਥੇ ਚੱਲ ਰਹੀ ਸੀ, ਲੇਕਿਨ ਐਫਐਨਸੀਸੀ ਮੀਟਿੰਗ ਦੇ ਵਿੱਚ ਕਈ ਚੀਜ਼ਾਂ ਨੂੰ ਲੈ ਕੇ ਜਿਹੜੀ ਹੈ ਉਹ ਗੱਲਬਾਤ ਕੀਤੀ ਗਈ ਹੈ, ਲੇਕਿਨ ਕਿਸੇ ਵੀ ਤਰ੍ਹਾਂ ਦੀ ਜਿਹੜੀ ਹੈ ਉਹ ਨਹੀਂ ਹੋਣ ਦਿੱਤੀ ਗਈ ਸੀ। ਹਾਲਾਂਕਿ ਹੁਣ ਐਫਐਨਸੀਸੀ ਦੀ ਵੋਟਿੰਗ ਕਰਨ ਲੱਗੇ, ਲੇਕਿਨ ਉਹਦੇ ਬਾਵਜੂਦ ਬੀਜੇਪੀ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਇਲੀਗਲ ਓਪੀਨੀਅਨ ਜਿਹੜੀ ਹੈ ਉਹ ਲਈ ਜਾਏ, ਉਸ ਤੋਂ ਬਾਅਦ ਹੀ ਐਫਐਨਸੀਸੀ ਜਿਹੜੀ ਹੈ ਉਹ ਮੀਟਿੰਗ ਕੀਤੀ ਜਾਏ। ਤਸਵੀਰਾਂ ਤੁਸੀਂ ਵੇਖੋ ਕਿ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਹੰਗਾਮਾ ਕਰਦੇ ਨਜ਼ਰ ਆ ਰਹੇ ਨੇ, ਦੂਜੇ ਪਾਸੇ ਬੀਜੇਪੀ ਦੇ ਕਾਉਂਸਲਰ ਹੰਗਾਮਾ ਕਰਦੇ ਨਜ਼ਰ ਆ ਰਹੇ ਨੇ, ਆਪਸ ਚ ਇੱਕ ਦੂਜੇ ਦੇ ਵਿੱਚ ਨਾਰੇਬਾਜ਼ੀ ਵੀ ਕਰਦੇ ਨਜ਼ਰ ਆ ਰਹੇ ਨੇ ਤੇ ਤਸਵੀਰਾਂ ਤੁਸੀਂ ਸਾਫ਼ ਤੌਰ ਤੇ ਦੇਖ ਰਹੇ ਹੋ। ਅੰਦਰ ਦੀ ਇਹ ਤਸਵੀਰਾਂ ਨੇ, ਸਦਨ ਦੀ ਇਹ ਤਸਵੀਰਾਂ ਨੇ ਜਿੱਥੇ ਇਹ ਹੰਗਾਮਾ ਕਰਦੇ ਨਜ਼ਰ ਆ ਰਹੇ ਨੇ ਔਰ ਇਹ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਵੱਲੋਂ ਇਹ ਹੰਗਾਮਾ ਕੀਤਾ ਜਾ ਰਿਹਾ। ਸਿੱਧੀ ਤਸਵੀਰਾਂ ਤੁਸੀਂ ਵੇਖੋ ਕਿ ਆਮ ਆਦਮੀ ਪਾਰਟੀ ਦੇ ਕਾਉਂਸਲਰਸ ਔਰ ਬੀਜੇਪੀ ਦੇ ਕਾਉਂਸਲਰਸ ਆਮਣੇ ਸਾਹਮਣੇ ਜ਼ਰੂਰ ਦਿਖ ਰਹੇ ਤੇ ਅੱਜ ਦੀ ਵੀ ਮੀਟਿੰਗ ਐਫਐਨਸੀਸੀ ਜਿਹੜੀ ਵੋਟਿੰਗ ਹੋਣੀ ਸੀ, ਫਾਈਨੈਂਸ ਐਂਡ ਕੰਟਰੈਕਟ ਕਮੇਟੀ ਦੀ ਜਿਹੜੇ ਸਦਸਯ ਜਿਹੜੇ ਚੁਣੇ ਜਾਣੇ ਸੀਗੇ ਉਹਨਾਂ ਨੂੰ ਲੈ ਕੇ ਅੱਜ ਵੋਟਿੰਗ ਹੋਣੀ ਸੀ, ਲੇਕਿਨ ਉਸ ਤੋਂ ਪਹਿਲਾਂ ਇਹ ਜ਼ਰੂਰ ਹੰਗਾਮਾ ਹੋ ਰਿਹਾ। 11 ਵਜੇ ਤੋਂ ਲੈ ਕੇ ਹੁਣ ਸਮਾਂ ਜਿਹੜਾ ਹੈਗਾ ਉਹ 1:30 ਵਜੇ ਕਰੀਬ ਹੋ ਚੁੱਕਿਆ, ਲੇਕਿਨ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਮੁੱਦੇ ਤੇ ਗੱਲ ਨਹੀਂ ਹੋਈ। ਸਿਰਫ ਔਰ ਸਿਰਫ ਇੱਥੇ ਆਪਸ ਚ ਬਹਿਸਬਾਜ਼ੀ, ਆਪਸ ਚ ਨਾਰੇਬਾਜ਼ੀ, ਆਪਸ ਚ ਇੱਕ ਦੂਜੇ ਨੂੰ ਤਲਖੀਆਂ ਜਿਹੜੀ ਹੈ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਇੱਕ ਦੂਜੇ ਤੇ ਜ਼ਰੂਰ ਜਿਹੜੇ ਇਲਜ਼ਾਮ ਲਾਉਂਦੇ ਨਜ਼ਰ ਆ ਰਹੇ ਨੇ ਔਰ ਦੂਜੇ ਪਾਸੇ ਇੱਕ ਬਹੁਤ ਅਹਿਮ ਚੀਜ਼ ਕਿਰਨ ਖੇਰ ਇੱਥੇ ਪਹੁੰਚੀ ਸੀ ਤੇ ਉਹਨਾਂ ਵੱਲੋਂ ਵੀ ਕਿਹਾ ਗਈ ਕਿ ਮੈਂ ਇਸ ਤਰ੍ਹਾਂ ਦੀ ਰਾਜਨੀਤੀ ਤੋਂ ਮੈਨੂੰ ਸਰਦਰਦ ਹੋਣ ਲੱਗਿਆ ਤੇ ਮੈਂ ਇਹੀ ਇਹਨਾਂ ਨੂੰ ਕਹਿੰਦੀ ਹਾਂ ਸਾਰੇ ਕਾਉਂਸਲਰਸ ਨੂੰ ਕਿ ਤੁਸੀਂ ਰਾਜਨੀਤੀ ਛੱਡ ਕੇ ਸ਼ਹਿਰ ਦੀ ਡਿਵੈਲਪਮੈਂਟ ਕਰੋ, ਸ਼ਹਿਰ ਦੇ ਵਾਸਤੇ ਕੰਮ ਕਰੋ। ਔਰ ਜਦ ਅਸੀਂ ਪੁੱਛਿਆ ਉਹਨਾਂ ਨੂੰ ਲੋਕ ਸਭਾ ਇਲੈਕਸ਼ਨ ਵਾਸਤੇ ਤਾਂ ਉਹਨਾਂ ਨੇ ਕਿਹਾ ਕਿ ਹੱਥ ਜੋੜ ਕੇ ਕਿ ਮੈਂ ਹੁਣ ਇਸ ਰਾਜਨੀਤੀ ਤੋਂ ਤੰਗ ਆ ਚੁੱਕੀ ਹਾਂ, ਮੇਰਾ ਸਰਦ ਹੋਣ ਲੱਗਿਆ। ਇਸ ਤਰ੍ਹਾਂ ਦੀ ਜਿਹੜੀ ਹੈ ਗੱਲਾਂ ਬਾਤਾਂ ਜ਼ਰੂਰ ਕਰਦੇ ਨਜ਼ਰ ਆਈ, ਲੇਕਿਨ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਉਂਸਲਰਸ ਹੈ ਉਹ ਸਹਿਮਤੀ ਦੇ ਨਾਲ ਐਫਐਨਸੀਸੀ ਜਿਹੜੀ ਮੇਅਰ ਨੇ ਵੀ ਇਹਦੇ ਚ ਅਨਾਊਂਸਮੈਂਟ ਕੀਤੀ ਹੈ ਕਿ ਐਫਐਨਸੀਸੀ ਦੇ ਜਿਹੜੇ ਮੈਂਬਰ ਨੇ ਉਹ ਹੁਣ ਚੁਣ ਚੁੱਕੇ ਨੇ। ਤੁਸੀਂ ਤਸਵੀਰਾਂ ਦੇਖੋ, ਇਹ ਕਾਂਗਰਸ ਦੀ ਤਰੁਣਾ ਮਹਿਤਾ, ਇਹ ਸਾਰੇ ਐਫਐਨਸੀਸੀ ਦੇ ਸਦੱਸਯ ਚੁਣੇ ਜਾ ਚੁੱਕੇ ਨੇ। ਪ੍ਰੇਮ ਲਤਾ ਉਹਨਾਂ ਦੇ ਨਾਲ, ਤਰੁਣਾ ਮਹਿਤਾ ਉਹਨਾਂ ਦੇ ਨਾਲ, ਹੋਰ ਉਹਨਾਂ ਦੇ ਜਿਹੜੇ ਸਾਥੀ ਹੈ ਗੁਰਪ੍ਰੀਤ ਸਿੰਘ ਗਾਬੀ, ਸਾਰੇ ਇਹ ਸਾਰੇ ਐਫਐਨਸੀਸੀ ਦੇ ਸਦੱਸਯ ਚੁਣੇ ਜਾ ਚੁੱਕੇ ਨੇ ਤੇ ਇਹਨਾਂ ਵੱਲੋਂ ਵਿਕਟਰੀ ਦੇ ਜਿਹੜਾ ਨਿਸ਼ਾਨ ਹੈ ਉਹ ਜ਼ਰੂਰ ਵੇਖਣ ਨੂੰ ਮਿਲ ਰਿਹਾ। ਤੇ ਹੁਣ ਐਫਐਨਸੀਸੀ ਤੋਂ ਬਾਅਦ ਹੁਣ ਦੁਬਾਰਾ ਤੋਂ ਹਾਊਸ ਦੀ ਮੀਟਿੰਗ ਦੇ ਜਿਹੜੇ ਮੁੱਦੇ ਨੇ, ਜਿਹੜੇ ਪ੍ਰਪੋਜ਼ਲ ਲੈ ਕੇ ਆਏ ਨੇ, ਜਿਹੜੇ ਏਜੰਡੇ ਲੈ ਕੇ ਆਏ ਨੇ, ਇਹਦੇ ਵਿੱਚ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਜਿਹੜੀ ਕੀਤੀ ਜਾ ਰਹੀ। ਹਾਂਜੀ, ਵੱਡਾ ਐਲਾਨ ਕਰਨ ਦੀ ਗੱਲ ਕੀਤੀ ਗਈ ਆਮ ਆਦਮੀ ਪਾਰਟੀ ਵੱਲੋਂ, ਜਿਹਦੇ ਵਿੱਚ ਦੋ ਤਿੰਨ ਚੀਜ਼ਾਂ ਤੇ ਅਹਿਮ ਕੀਤੇ। ਇੱਕ ਤਾਂ ਫ੍ਰੀ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ, ਫ੍ਰੀ ਪਾਣੀ ਦੀ ਗੱਲ ਕੀਤੀ ਜਾ ਰਹੀ ਹੈ, ਫ੍ਰੀ ਪਾਰਕਿੰਗ ਦੀ ਗੱਲ ਕੀਤੀ ਜਾ ਰਹੀ ਹੈ ਆਮ ਆਦਮੀ ਪਾਰਟੀ ਵੱਲੋਂ। ਦੂਜੇ ਪਾਸੇ ਸਟੇ ਡੌਗਸ ਦਾ ਜਿਹੜਾ ਮੁੱਦਾ ਹੈ ਉਹ ਵੀ ਅੱਜ ਲੈ ਕੇ ਆਏ ਨੇ, ਲੇਕਿਨ ਦੂਜੇ ਪਾਸੇ ਬੀਜੇਪੀ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਤੇ ਇਲਜ਼ਾਮ ਲਾਏ ਨਜ਼ਰ ਆ ਰਹੇ ਨੇ, ਨਾਰੇਬਾਜ਼ੀ ਜਿਹੜੀ ਹੈ ਉਹ ਕੀਤੀ ਗਈ ਹੈ ਔਰ ਧੱਕਾ ਮੁੱਕੀ ਵੀ ਜਿਹੜੀ ਹੈ ਉਹ ਜ਼ਰੂਰ ਵੇਖਣ ਨੂੰ ਮਿਲੀ। ਤਾਂ ਕਹਿ ਸਕਦੇ ਕਿ ਅੱਜ ਦੀ ਜਿਹੜੀ ਮੀਟਿੰਗ ਹੈ ਜਾਂ ਹਾਊਸ ਮੀਟਿੰਗ ਹੈ ਉਹਦੇ ਵਿੱਚ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ।